वातावरण के खेत्र विच मोहरी भूमिका निभाउण वाले डॉक्टर जगजीत सिंह जी जिन्हां दे वल्लों सूबे भर दे विच मिशन हरियाली शुरू किया गया है, ते आओ आपां सर तो जानकारी लैने आ मिशन हरियाली दे बारे। ते सब तो पहला थोड़े तो पूछना चाहवांगे कि अपना पंजाब फाउंडेशन बारे सानू थोड़ी जानकारी दो कि इस दी स्थापना कदों कीती गई ते इस मिशन नू तुसी किस उद्देश दे नाल अग्गे लैके जाना चाहुंदे। जी जिहड़ा अपना पंजाब फाउंडेशन है यह पंजाब दे 100 तों वधेरे सुहिरद लोगों द्वारा बनाई गई एक संस्था सभा सेवी संस्था। इस तो पहला मैं दस दिया कि मैं पंजाब दे फैडरेशन ऑफ प्राइवेट स्कूल एंड एसोसीएशन दी सूबे दी नुमाइंदगी कर रहा सी। उत्थे असी पंजाब दे विच जिहड़ा हैगा सिक्ख्या दे उत्ते काम कर रहे सी। फिर विचार आया भी क्यों ना सिक्ख्या दे नाल नाल सेहत अते वातावरण दे खेत्र दे विच भी सेवावां निभाईआं जाण। इसलिए असी इस उद्देश नूं मुख रखदे होए अपना पंजाब फाउंडेशन दी जिहड़ी नींह रखी। सो इस दे विच पंजाब दे विच लगभग 100 तों वधेरे इस दे फाउंडर मैंबर हन जो वख-वख खेत्रां तों जिहड़े ने ओह जागरूक लोक ने ਜਿਹੜੇ ਇਸ ਮੁਹਿੰਮ ਦੇ ਵਿੱਚ ਅੱਗੇ ਆਏ ਨੇ। ਅਤੇ ਇਹ ਆਪਣਾ ਪੰਜਾਬ ਫਾਊਂਡੇਸ਼ਨ ਦਾ ਨਿਰਮਾਣ ਜਿਹੜਾ ਹੈਗਾ ਅਸੀਂ ਅੱਜ ਤੋਂ ਲਗਭਗ 1 ਸਾਲ ਪਹਿਲਾਂ ਇਹ ਕੀਤਾ ਹੈ। ਅਤੇ ਫਾਊਂਡੇਸ਼ਨ ਦੇ ਵੱਲੋਂ ਹੁਣ ਤੱਕ ਵਾਤਾਵਰਣ ਲੈ ਕੇ ਕਿੱਦਾਂ ਦੇ ਕੰਮ ਕੀਤੇ? ਦੇਖੋ ਮੈਂ ਪਹਿਲੇ ਜ਼ਿਕਰ ਕਰ ਚੁੱਕਿਆ ਕਿ ਇਹ ਜਿਹੜੀ ਫਾਊਂਡੇਸ਼ਨ ਹੈ ਸਿਹਤ ਸਿੱਖਿਆ ਅਤੇ ਵਾਤਾਵਰਣ ਤਿੰਨਾਂ ਖੇਤਰਾਂ ਵਿੱਚ ਕੰਮ ਕਰਦੀ ਹੈ। ਸੋ ਵਾਤਾਵਰਣ ਨੂੰ ਲੈ ਕੇ ਪਿਛਲੇ ਸਾਲ ਅਸੀਂ ਇੱਕ ਮਿਸ਼ਨ ਹਰਿਆਲੀ ਸਟਾਰਟ ਕੀਤਾ ਸੀ, ਮਿਸ਼ਨ ਹਰਿਆਲੀ 2022, ਜਿਸ ਦੇ ਵਿੱਚ ਅਸੀਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਸੀ ਕਿ ਉਹਨਾਂ ਨੇ ਜਿਹੜੇ ਭਵਿੱਖ ਦੇ ਵਿੱਚ ਇਹ ਜਿਹੜੀ ਸੰਭਾਲਣਾ ਸਾਰਾ ਕੁਛ, ਇਸ ਲਈ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਤਸ਼ਾਹਿਤ ਕਰਕੇ ਉਹਨਾਂ ਦੇ ਹੱਥੋਂ ਪਿਛਲੇ ਸਾਲ 5,68,000 ਜਿਹੜੇ ਦਰਖਤ ਰੂਪੀ ਪੌਦੇ ਸੀਗੇ ਉਹ ਲਗਵਾਏ। ਇਸ ਦੇ ਵਿੱਚ ਪੰਜਾਬ ਦੇ 6500 ਸਕੂਲਾਂ ਨੇ ਪਾਰਟਿਸਪੇਟ ਕੀਤਾ, ਉਹਨਾਂ ਦੇ ਅਧਿਆਪਕਾਂ ਨੇ, ਉਹਨਾਂ ਦੇ ਮਾਪਿਆਂ ਨੇ ਅਤੇ ਉਹਨਾਂ ਦੇ ਜਿਹੜੇ ਮੈਨੇਜਮੈਂਟ ਮੈਂਬਰਸ, ਪ੍ਰਿੰਸੀਪਲ ਸਾਹਿਬਾਨ। ਇਹ ਸਾਡਾ ਪਹਿਲਾ ਕਦਮ ਸੀਗਾ ਆਪਣਾ ਪੰਜਾਬ ਫਾਊਂਡੇਸ਼ਨ ਦਾ। ਅਤੇ ਸਕੂਲੀ ਵਿਦਿਆਰਥੀਆਂ ਨੇ ਪਿਛਲੇ ਸਾਲ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਕਹਿ ਸਕਦੇ ਹਾਂ ਆਪਾਂ 5,68,000 ਪੌਦੇ ਲਗਾ ਕੇ ਜਿਹੜਾ ਇੱਕ ਇਹ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ। ਇਸ ਤੋਂ ਬਾਅਦ ਆਪਣਾ ਪੰਜਾਬ ਫਾਊਂਡੇਸ਼ਨ ਦੇ ਵੱਲੋਂ ਜਿਹੜਾ ਅਸੀਂ ਇੱਕ ਕੰਪੇਨ ਹੋਰ ਚਲਾਈ ਹੋਈ ਹੈ ਉਹ ਹੈ ਸਿਹਤ ਦੇ ਖੇਤਰ ਦੇ ਵਿੱਚ। ਅਸੀਂ ਵਰਲਡ ਕੈਂਸਰ ਕੇਅਰ ਸੁਸਾਇਟੀ ਨਾਲ ਮਿਲ ਕੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਮੁਫਤ ਅਸੀਂ ਕੈਂਸਰ ਕੈਂਪ ਨੇ ਜਿਹੜੇ ਚੈੱਕਅਪ ਕੈਂਪ ਨੇ ਜਿਹੜੇ ਉਹ ਲਗਾਉਣੇ ਆ। ਅਤੇ ਇਹ ਸੰਸਥਾ ਦੇ ਜਿਹੜੇ ਸਰਪ੍ਰਸਤ ਨੇ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਨੇ, ਉਹਨਾਂ ਨਾਲ ਮਿਲ ਕੇ ਜਿਹੜੀ ਸਾਡੀ ਇਹ ਔਰਗਨਾਈਜੇਸ਼ਨ ਆਪਣਾ ਪੰਜਾਬ ਫਾਊਂਡੇਸ਼ਨ, ਅਸੀਂ ਵੱਖ ਵੱਖ ਥਾਵਾਂ 'ਤੇ ਜਿੱਥੇ ਲੋੜ ਹੁੰਦੀ ਹੈ ਅਸੀਂ ਕੈਂਸਰ ਕੈਂਪ ਨੇ ਜਿਹੜੇ ਮੁਫਤ ਦੇ ਵਿੱਚ ਉਹ ਵੀ ਲਗਾਉਂਦੇ ਹਾਂ। ਤੀਸਰਾ ਅਸੀਂ ਇਸੇ ਉਸ ਦੇ ਵਿੱਚ ਹੋਰ ਕੜੀ ਜੋੜਦੇ ਹੋਏ ਆਪਣਾ ਪੰਜਾਬ ਫਾਊਂਡੇਸ਼ਨ, ਕਿਉਂਕਿ ਇਹਦਾ ਨਾਮ ਹੀ ਪੰਜਾਬ ਨਾਲ ਸੰਬੰਧਿਤ ਹੈ, ਇਸ ਲਈ ਅਸੀਂ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੇ ਦਿਨ, ਅੰਤਰਰਾਸ਼ਟਰੀ ਮਾਤ ਭਾਸ਼ਾ ਦੇ ਦਿਨ ਅਸੀਂ ਉਪਰਾਲਾ ਕੀਤਾ ਕਿ ਲੋਕਾਂ ਨੂੰ ਉਹਨਾਂ ਦੀ ਮਾਤ ਭਾਸ਼ਾ ਦੇ ਨਾਲ ਅਸੀਂ ਜੋੜੀਏ। ਸੋ ਇਸ ਲਈ ਅਸੀਂ ਸਕੂਲਾਂ ਨੂੰ ਪ੍ਰੇਰਿਤ ਕੀਤਾ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਆਦੇਸ਼ ਦਿੱਤਾ ਸੀ ਕਿ ਸਾਰੀਆਂ ਸੰਸਥਾਵਾਂ, ਸਾਰੇ ਜਿਹੜੇ ਦੁਕਾਨਦਾਰ, ਸਾਰੇ ਆਪਦੇ ਸੰਸਥਾਵਾਂ ਦੇ ਨਾਂ ਪੰਜਾਬੀ ਵਿੱਚ ਲਿਖਣ। ਸੋ ਉਸ ਦੀ ਸਭ ਤੋਂ ਪਹਿਲੀ ਪਹਿਲ ਕਦਮੀ ਸਾਡੀ ਔਰਗਨਾਈਜੇਸ਼ਨ ਵੱਲੋਂ ਕੀਤੀ ਗਈ। ਅਤੇ ਸਾਡੀ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ, ਜੋ ਸਾਡੀ ਸਹਿਯੋਗੀ ਸੰਸਥਾ, ਉਸ ਨੇ ਇਹ ਬੀੜਾ ਚੁੱਕਿਆ। ਅਤੇ ਅੱਜ ਤੁਸੀਂ ਪੰਜਾਬ ਦੇ ਵਿੱਚ ਜਿਸ ਪਾਸੇ ਵੀ ਦੇਖੋਗੇ ਸਾਰੇ ਸਕੂਲਾਂ ਨੇ, ਕਾਲਜਾਂ ਨੇ, ਜਿਹੜੇ ਆਪਣੇ ਨਾਂ ਨੇ ਉਹ ਪੰਜਾਬੀ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਲਿਖੇ ਹੋਏ ਨੇ। ਇਸ ਲਈ ਅਸੀਂ ਮੁੜ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਜਿਹੜੀ ਉਹਨਾਂ ਦੀ ਮਾਤ ਭਾਸ਼ਾ ਉਹ ਕੀ ਅਹਿਮੀਅਤ ਰੱਖਦੀ ਹੈ। ਸੋ ਇਹ ਸਾਡਾ ਅਗਲਾ ਕਦਮ ਸੀਗਾ। ਤੋ ਇਸ ਦੇ ਨਾਲ ਅਸੀਂ ਇੱਕ ਹੋਰ ਮਿਸ਼ਨ ਸਟਾਰਟ ਕੀਤਾ ਹੈ, ਉਹ ਹੈ ਮਿਸ਼ਨ ਫਤਿਹ। ਅੱਛਾ। ਮਿਸ਼ਨ ਫਤਿਹ ਦੇ ਵਿੱਚ ਅਸੀਂ ਪੰਜਾਬ ਦੇ ਹੋਣਹਾਰ ਵਿਦਿਆਰਥੀ ਜਿਹੜੇ ਲੇਕਿਨ ਆਰਥਿਕ ਤੌਰ ਤੋਂ ਪਛੜੇ ਹੋਏ ਨੇ ਲੇਕਿਨ ਬਹੁਤ ਹੋਣਹਾਰ ਨੇ, ਉਹਨਾਂ ਲਈ ਅਸੀਂ ਇੱਕ ਇਹ ਪ੍ਰੋਗਰਾਮ ਸਟਾਰਟ ਕੀਤਾ। ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਅਸੀਂ ਮੋਹਰੀ ਰਹੇ ਹਾਂ ਸਿਵਲ ਸਰਵਿਸ ਦੇ ਵਿੱਚ, ਮਿਲਟਰੀ ਸਰਵਿਸ ਦੇ ਵਿੱਚ, ਲੇਕਿਨ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਾਲਾਂ ਦੇ ਵਿੱਚ ਸਾਡੀ ਗਿਣਤੀ ਕਾਫੀ ਘਟੀ ਹੈ। ਉਸ ਨੂੰ ਫਿਰ ਤੋਂ ਅਸੀਂ ਆਪਦੇ ਸੂਬੇ ਨੂੰ ਮੋਹਰੀ ਬਣਾਉਣ ਵਾਸਤੇ ਅਸੀਂ ਇਹ ਪਹਿਲਕਦਮੀ ਕੀਤੀ ਹੈ ਮਿਸ਼ਨ ਫਤਿਹ ਦੀ। ਇਸ ਦੇ ਤਹਿਤ ਮੈਂ ਤੁਹਾਡੇ ਜ਼ਰੀਏ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਸਰੋਤਿਆਂ ਨੂੰ ਵੀ ਅਸੀਂ 1,00,000 ਰੁਪਏ ਤੋਂ ਲੈ ਕੇ 2,00,000 ਰੁਪਏ ਤੱਕ ਦਾ ਸਕੋਲਰਸ਼ਿਪ ਇੱਕ ਵਿਦਿਆਰਥੀ ਨੂੰ ਦੇਵਾਂਗੇ ਜਿਹੜਾ ਪੰਜਾਬ ਦਾ ਵਸਿੰਦਾ ਹੋਵੇ, ਹੋਣਹਾਰ ਹੋਵੇ
और पहली अटैम्प्ट दे विच उह इह जिहड़े सिविल सर्विस ते मिलटरी सर्विस दे जिहड़े एग्जाम ने हाँ उह जी कढ सकदा होवे, ਤਾਂ ਕਿ ਅਸੀਂ ਮੁੜ ਤੋਂ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਉਹੀ ਮੁਕਾਮ ਦੇ ਉੱਤੇ ਦੇਖ ਸਕੀਏ। ਸੋ ਇਸ ਤਰ੍ਹਾਂ ਦੇ ਕੰਮ ਸਾਡੀ ਜਿਹੜੀ ਆਰਗੇਨਾਈਜੇਸ਼ਨ ਕਰਦੀ ਰਹਿੰਦੀ ਆ। ਸਰ ਤੁਸੀਂ ਹੁਣ ਮਿਸ਼ਨ ਹਰਿਆਲੀ 2023 ਹੈ ਜੋ ਸ਼ੁਰੂ ਕਰਨ ਜਾ ਰਹੇ ਹੋ, ਤੇ ਇਹਦੇ ਵਿੱਚ ਤੁਸੀਂ ਪੰਜਾਬ ਦੇ ਕਿੰਨੇ ਕੁ ਸਕੂਲ ਹੈ ਜੋ ਇਹਨਾਂ ਨੂੰ ਸ਼ਾਮਿਲ ਕੀਤਾ ਗਿਆ? ਜੀ ਦੇਖੋ, ਜਿਹੜੀ ਆਪਣਾ ਪੰਜਾਬ ਫਾਊਂਡੇਸ਼ਨ ਹੈ, ਇਸ ਦੇ ਨਾਲ ਮੈਂ ਦੱਸਿਆ ਸਹਿਯੋਗੀ ਜਿਹੜੀ ਸਾਡੀ ਸੰਸਥਾ ਉਹ ਹੈ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ, ਅਤੇ ਜਿਸ ਦਾ ਮੈਂ ਜਿਹੜਾ ਸਟੇਟ ਪ੍ਰੈਜ਼ੀਡੈਂਟ ਹਾਂ, ਉਹ ਉਹਦੇ ਵਿੱਚ ਸਾਡੇ ਨਾਲ 6500 ਦੇ ਕਰੀਬ ਜਿਹੜੇ ਸਕੂਲ ਨੇ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ। ਸੋ ਉਹ ਇਹਦਾ ਮਤਲਬ ਉਹਨਾਂ ਦੇ ਵਿਦਿਆਰਥੀ ਵੀ ਜੁੜੇ ਹੋਏ ਨੇ, ਉਹਨਾਂ ਦੇ ਅਧਿਆਪਕ ਸਾਰੇ ਸਾਡੇ ਨਾਲ ਜੁੜੇ ਹੋਏ ਨੇ। ਸੋ ਇਸ ਲਈ ਇੰਨੇ ਲੋਕਾਂ ਨੂੰ ਇਹ ਸੰਸਥਾ ਜਿਹੜੀ ਉਹ ਪ੍ਰੇਰਿਤ ਕਰਦੀ ਹੈ। ਸੋ ਜਿਹੜਾ ਮਿਸ਼ਨ ਹਰਿਆਲੀ ਤੁਸੀਂ 2023 ਦੀ ਗੱਲ ਕਰ ਰਹੇ ਹੋ, ਇਹਦੇ ਵਿੱਚ ਇਹ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਭਾਗ ਲੈਣ ਜਾ ਰਹੀਆਂ ਨੇ। ਬੇਸਿਕਲੀ ਇਹਦਾ ਯਾਨੀ ਕਿ ਟੀਚਾ ਯਾਨੀ ਕਿ ਸਕੂਲ ਦੇ ਵਿੱਚ ਇਹ ਮਿਸ਼ਨ ਹਰਿਆਲੀ ਦਾ ਜੋ ਇਹ ਤੁਹਾਡਾ ਮਿਸ਼ਨ ਹੈ ਇਹ ਸ਼ੁਰੂ ਕੀਤਾ ਜਾ ਰਿਹਾ, ਤੇ ਬੱਚਿਆਂ ਤੋਂ ਕੀ ਐਕਟੀਵਿਟੀਜ਼ ਆ ਜਿਹੜੀਆਂ ਕਰਵਾਈਆਂ ਜਾ? ਦੇਖੋ, ਪਹਿਲੀ ਗੱਲ ਤਾਂ ਆਪਾਂ ਨੂੰ ਇਹ ਦੇਖਣਾ ਪਊਗਾ ਵੀ ਜਿਹੜੇ ਵੱਡੇ ਵਿਅਕਤੀ ਨੇ, ਮਨੁੱਖ ਨੇ, ਉਹਨਾਂ ਨੇ ਕਦੇ ਪੌਦਾ ਲਾਇਆ ਜਾਂ ਨਾ ਲਾਇਆ, ਕੱਟਿਆ ਲਗਭਗ ਹਰੇਕ ਨਹੀਂ ਹੋਊਗਾ ਕੋਈ ਨਾ ਕੋਈ। ਪਰੰਤੂ ਸਾਡੀ ਸੋਚਣੀ ਇਹ ਹੈ ਵੀ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਵਿਦਿਆਰਥੀ ਨੇ, ਅਤੇ ਆਉਣ ਵਾਲਾ ਸਮਾਜ ਵੀ ਇਹਨਾਂ ਨੇ ਹੀ ਨਿਰਮਾਣ ਕਰਨਾ। ਇਸ ਲਈ ਅਸੀਂ ਇਹ ਸੋਚ ਲੈ ਕੇ ਚੱਲੇ ਹਾਂ ਵੀ ਜਿਨ੍ਹਾਂ ਨੇ ਇਹ ਅੱਗੇ ਜਾ ਕੇ ਜ਼ਿੰਮੇਵਾਰੀ ਸੰਭਾਲਣੀ ਹੈ, ਉਹਨਾਂ ਨੂੰ ਅਗਰ ਜ਼ਿੰਮੇਵਾਰ ਬਣਾਇਆ ਜਾਵੇ ਤਾਂ ਉਹ ਬਿਹਤਰ ਹੋਊਗਾ। ਇਸ ਲਈ ਅਸੀਂ ਇਹਦਾ ਇੱਕ ਸਿਸਟਮ ਬਣਾਇਆ, ਅਸੀਂ ਸਕੂਲਾਂ ਰਾਹੀਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਵੀ ਉਹ ਆਪਣੇ ਮਾਤਾ ਪਿਤਾ ਦੀ ਮਦਦ ਨਾਲ, ਆਪਣੇ ਅਧਿਆਪਕਾਂ ਦੀ ਮਦਦ ਨਾਲ ਮਿਸ਼ਨ ਹਰਿਆਲੀ 2023 ਤਹਿਤ ਹਰ ਇੱਕ ਬੱਚਾ, ਚਾਹੇ ਉਹ ਨਰਸਰੀ ਕਲਾਸ ਦਾ ਹੈ, ਚਾਹੇ ਉਹ 10+2 ਕਲਾਸ ਦਾ ਹੈ, ਇੱਕ ਪੌਦਾ ਜ਼ਰੂਰ ਲਾਵੇ ਜੋ ਵੱਡਾ ਹੋ ਕੇ ਰੁੱਖ ਦਾ ਰੂਪ ਬਣੇ। ਇਹ ਪੌਦਾ ਉਹ ਆਪਦੀ ਕਿਸੇ ਵੀ ਮਨਪਸੰਦ ਜਗ੍ਹਾ 'ਤੇ ਲਾ ਸਕਦਾ, ਅਗਰ ਉਸਦੇ ਘਰ ਦੇ ਵਿੱਚ ਜਗ੍ਹਾ ਹੈ, ਕਿਸੇ ਉਹ ਕਿਸਾਨੀ ਨਾਲ ਸੰਬੰਧਿਤ ਆ ਖੇਤ ਦੇ ਵਿੱਚ ਜਗ੍ਹਾ ਹੈ, ਜਾਂ ਕਿਸੇ ਸਾਂਝੀਆਂ ਥਾਵਾਂ ਦੇ ਉੱਤੇ ਪੰਚਾਇਤੀ ਜ਼ਮੀਨਾਂ ਦੇ ਉੱਤੇ, ਜਾਂ ਦਰੱਖਤ ਆਪਾਂ ਕਹਿ ਸਕਦੇ ਸੜਕਾਂ ਦੇ ਕਿਨਾਰਿਆਂ ਦੇ ਉੱਤੇ ਜਿੱਥੇ ਉਸਨੂੰ ਸੂਈਟੇਬਲ ਜਗ੍ਹਾ ਮਿਲਦੀ ਹੈ, ਉੱਥੇ ਹਰ ਇੱਕ ਵਿਦਿਆਰਥੀ ਪੌਦਾ ਲਾਵੇਗਾ ਅਤੇ ਉਸ ਪੌਦੇ ਦੀ ਫੋਟੋ ਲਾਉਂਦੇ ਹੋਏ ਦੀ ਉਹ ਸਾਡੀ ਜਿਹੜੀ ਐਪ ਹੈਗੀ ਉੱਤੇ ਅਪਲੋਡ ਕਰੇਗਾ। ਜਿਵੇਂ ਉਹ ਅਪਲੋਡ ਕਰੇਗਾ ਤਾਂ ਉਸ ਨੂੰ ਇੱਕ ਸਰਟੀਫਿਕੇਟ ਸਾਡੇ ਵੱਲੋਂ ਪ੍ਰੋਵਾਈਡ ਹੋਊਗਾ। ਉਹ ਸਰਟੀਫਿਕੇਟ ਦਾ ਉਸਨੇ ਜਿਹੜਾ ਹੈਗਾ ਪ੍ਰਿੰਟ ਕੱਢ ਕੇ ਉਸ ਨੂੰ ਆਪਣੇ ਸਕੂਲ ਦੇ ਵਿੱਚ ਜਮ੍ਹਾਂ ਕਰਵਾਉਣਾ, ਅਤੇ ਸਕੂਲ ਨੂੰ ਹਦਾਇਤ ਅਸੀਂ ਕੀਤੀ ਹੈ ਵੀ ਉਹ ਉਸ ਦੇ ਬਦਲੇ ਬੱਚੇ ਨੂੰ ਉਤਸ਼ਾਹਿਤ ਕਰਨ ਦੇ ਬਦਲੇ ਉਸ ਨੂੰ 10 ਨੰਬਰ ਨੇ ਜਿਹੜੇ 10 ਮਾਰਕਸ ਨੇ ਉਸ ਨੂੰ ਇੰਟਰਨਲ ਅਸੈਸਮੈਂਟ ਦੇ ਤੌਰ 'ਤੇ ਦੇਵੇ। ਫਿਰ ਅਸੀਂ ਗੱਲ ਅਸੀਂ ਇਹ ਦੇਖਿਆ ਵੀ ਆਮ ਲੋਕ ਪੌਦੇ ਲਾ ਦਿੰਦੇ ਨੇ ਲੇਕਿਨ ਉਹਦੇ ਸੰਭਾਲ ਨਹੀਂ ਹੁੰਦੇ। ਹਾਂਜੀ, ਸੋ ਅਸੀਂ ਇਸ ਨੂੰ ਯਕੀਨੀ ਬਣਾਉਣ ਵਾਸਤੇ ਇਹ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਵਿਦਿਆਰਥੀ ਪੌਦਾ ਲਾਵੇ ਉਹ ਉਸ ਨੂੰ ਫਿਰ ਉਸਦੀ ਸੰਭਾਲ ਵੀ ਕਰੇ, 3 ਮਹੀਨਿਆਂ ਬਾਅਦ ਫਿਰ ਉਸਦੀ ਫੋਟੋ ਲਵੇ ਉਸ ਪੌਦੇ ਦੇ ਨਾਲ, ਅਤੇ ਫਿਰ ਉਹ ਸਕੂਲ ਨੂੰ ਜਮ੍ਹਾਂ ਕਰਵਾਵੇ ਅਤੇ ਉਸਦੇ ਬਦਲੇ ਉਸ ਨੂੰ 5 ਨੰਬਰ ਹੋਰ ਸਕੂਲ ਦੇਵੇਗਾ। ਇਸੇ ਤਰ੍ਹਾਂ ਹੀ ਫਿਰ 3 ਮਹੀਨਿਆਂ ਬਾਅਦ, ਅਤੇ ਇਸ ਤਰ੍ਹਾਂ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਪੌਦੇ ਸਿਰਫ ਲਾਏ ਹੀ ਨਾ ਜਾਣ, ਸਗੋਂ ਉਹਨਾਂ ਦੀ ਜਿਹੜੀ ਸਰਵਾਈਵਲ ਹੈ ਉਹ ਵੀ ਜਿਹੜੀ ਯਕੀਨੀ ਬਣਾਈ ਜਾਵੇ। ਸੋ ਸਾਡਾ ਟੀਚਾ ਇਸ ਵਾਰ ਜਿਹੜਾ ਹੈਗਾ ਘੱਟ ਤੋਂ ਘੱਟ ਉਹ 7 ਲੱਖ ਪੌਦੇ ਲਾ ਕੇ ਉਹਨਾਂ ਨੂੰ ਪਾਲਣ ਦਾ ਹੈ। ਅਸੀਂ ਆਪਦਾ ਹੀ ਪਿਛਲਾ ਬਣਾਇਆ ਹੈ ਰਿਕਾਰਡ ਇਸ ਵਾਰ ਜਿਹੜਾ ਹੈਗਾ ਤੋੜਨ ਜਾ ਰਹੇ ਹਾਂ। ਸੋ ਇਹ ਤਾਂ ਹੈਗਾ ਸੀਗਾ ਮਿਸ਼ਨ ਹਰਿਆਲੀ 2023 ਤੇ ਪੌਦਿਆਂ ਦਾ ਜਿਹੜਾ ਸਾਡਾ ਹੈ। ਡਾਕਟਰ ਸਾਹਿਬ, ਵੀ ਜਿਸ ਤਰੀਕੇ ਦੇ ਨਾਲ ਲੋਕ ਅੱਜ ਕੱਲ੍ਹ ਵਾਤਾਵਰਨ ਨੂੰ ਇੰਨਾ ਯਾਨੀ ਕਿ ਇੰਪੋਰਟੈਂਸ ਨਹੀਂ ਦਿੰਦੇ, ਅਤੇ ਤੁਹਾਡੇ ਜ਼ਿਹਨ ਦੇ ਵਿੱਚ ਇਹ ਖਿਆਲ ਕਦੋਂ ਤੋਂ ਆਇਆ ਵੀ ਮੈਂ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ ਅਤੇ ਉਹਦੀ ਸੰਭਾਲ ਲਈ ਆ ਮੁਹਿੰਮ ਹੈ ਇਹਦਾ ਆਗਾਜ਼ ਕਰ? ਦੇਖੋ, ਆਪਾਂ ਜਾਣਦੇ ਹਾਂ ਕਿ ਅੱਜ ਸਾਰੇ ਲੋਕ, ਪੰਜਾਬ ਦੇ ਬਹੁਤੇ ਵਿਦਿਆਰਥੀ ਉਹ ਬਾਹਰ ਦਾ ਰੁੱਖ ਕਰ ਚੁੱਕੇ ਨੇ। ਹਾਂਜੀ, ਉਹਦੇ ਪਿੱਛੇ ਅਸੀਂ ਹੋਰ ਬੜੇ ਕਾਰਨ ਲੱਭ ਲੈਂਦੇ ਹੁੰਦੇ ਹਾਂ ਜਿਵੇਂ ਇੱਥੇ ਬੇਰੁਜ਼ਗਾਰੀ ਹੈ ਜਾਂ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਨੇ, ਲੇਕਿਨ ਉਹਦੇ ਵਿੱਚ ਇੱਕ ਕਾਰਨ ਅਸੀਂ ਜੋ ਨਜ਼ਰ ਆਇਆ, ਜਿਹੜਾ ਵਿਅਕਤੀ ਬਾਹਰਲੇ ਕਿਸੇ ਦੇਸ਼ ਦੇ ਵਿੱਚ ਜਾਂਦਾ ਉੱਥੋਂ ਦੇ ਵਾਤਾਵਰਣ ਦੀ ਬੜੀ ਤਾਰੀਫ ਕਰਦਾ, ਉੱਥੋਂ ਦੀ ਸਾਫ਼ ਸਫਾਈ ਦੀ ਬੜੀ ਤਾਰੀਫ ਕਰਦਾ, ਉੱਥੋਂ ਦੀ ਹਰਿਆਲੀ ਦੀ, ਉੱਥੋਂ ਦੇ ਹੋਰ ਸਾਰੀਆਂ ਗੱਲਾਂ ਦੀ ਤਾਰੀਫ ਕਰਦਾ, ਲੇਕਿਨ ਆਪ ਅਸੀਂ ਉਸ ਦੇ ਵਿੱਚ ਕੋਈ ਕੰਟਰੀਬਿਊਟ ਨਹੀਂ ਕਰਨਾ ਚਾਹੁੰਦੇ। ਤੋ ਸਾਨੂੰ ਇਹ ਮਹਿਸੂਸ ਇਸ ਲਈ ਹੋਇਆ, ਜਿਹੜਾ ਫੁਰਨਾ ਇਸ ਲਈ ਫੁਰਿਆ ਵੀ ਅਸੀਂ ਸਿਹਤ ਸਿੱਖਿਆ ਤਾਂ ਵਿਦਿਆਰਥੀਆਂ ਨੂੰ ਦੇ ਹੀ ਰਹੇ ਹਾਂ, ਹਾਂਜੀ, ਲੇਕਿਨ ਉਹਨਾਂ ਨੂੰ ਇਹੋ ਜਿਹਾ ਮਾਹੌਲ ਸਿਰਜਣ ਦੇ ਲਈ ਵੀ ਪ੍ਰੇਰਿਤ ਕਰੀਏ ਜਿਹੋ ਜਿਹੇ ਮਾਹੌਲ ਦੇ ਵਿੱਚ ਉਹ ਅੱਗੇ ਜਾ ਕੇ ਰਹਿਣਾ ਚਾਹੁੰਦੇ ਨੇ। ਸੋ ਇਸ ਲਈ ਇਸ ਦੀ ਉਪਜ ਇੱਥੇ ਹੋਈ। ਸੋ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਮੈਂ ਤਾਂ ਇੱਕ ਜਿਹੜਾ ਨੁਮਾਇੰਦਾ ਮਾਤਰ ਹਾਂ ਇਸ ਦਾ, ਅਸਲ ਵਿੱਚ ਇਸ ਦੇ ਵਿੱਚ ਪੰਜਾਬ ਦੇ ਬਹੁਤ ਸੁਚੇਤ ਲੋਕ ਸਾਡੇ ਨਾਲ ਜੁੜੇ ਹੋਏ ਨੇ ਇਸ ਮੁਹਿੰਮ ਦੇ ਵਿੱਚ,
ਤੇ ਇਹ ਫੁਰਨਾ ਮੇਰਾ ਇਕੱਲੇ ਦਾ ਨਹੀਂ ਹੈਗਾ, ਇਹ ਪੂਰੀ ਟੀਮ ਦਾ। ਸਾਡੇ 23 ਦੇ 23 ਜ਼ਿਲ੍ਹਿਆਂ ਦੇ ਵਿੱਚੋਂ ਬਹੁਤ ਸੁਹਿਰਦ ਲੋਕ ਸਾਡੇ ਨਾਲ ਜੁੜੇ ਹੋਏ ਨੇ, ਸੋ ਇਹ ਮਿਲ ਕੇ ਇੱਕ ਬਹੁਤ ਵੱਡੀ ਟੀਮ ਬਣ ਚੁੱਕੀ ਆ, ਜੋ ਕਿ ਇਸ ਟਾਈਮ ਸਮਾਜ ਦੇ ਵਿੱਚ ਕੋਸ਼ਿਸ਼ ਕਰ ਰਹੀ ਆ ਹਰ ਤਰ੍ਹਾਂ ਦੀ ਜਾਗਰਤੀ ਲਿਆਉਣ ਦੀ। ਤੁਰੀ ਸਾਹਿਬ, ਹੁਣ ਸਮਾਂ ਹੋ ਚੱਲਿਆ ਹੈ ਛੋਟੇ ਜਿਹੇ ਬ੍ਰੇਕ ਦਾ, ਤੇ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ। ਗੁਰਬਾਣੀ ਨਿਊਜ਼ ਮਿਊਜ਼ਿਕ ਐਂਟਰਟੇਨਮੈਂਟ ਸ਼ੋਅ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ। ਡਾਕਟਰ ਸਾਹਿਬ, ਪਤਾ ਲੱਗਿਆ ਹੈ ਕਿ ਤੁਸੀਂ ਇੱਕ ਵਰਲਡ ਰਿਕਾਰਡ ਬਣਾਉਣ ਜਾ ਰਹੇ ਹੋ, ਤੇ ਇਹ ਆਖਿਰ ਕੀ ਚੀਜ਼ ਹੈ, ਇਹਦੇ ਬਾਰੇ ਸਾਨੂੰ ਥੋੜਾ ਜਾਣਕਾਰੀ ਦਿਓ। ਜੀ, ਜਿਵੇਂ ਮੈਂ ਦੱਸਿਆ ਕਿ ਮਿਸ਼ਨ ਹਰਿਆਲੀ 2023 ਤਹਿਤ ਅਸੀਂ 7 ਲੱਖ ਪੌਦੇ ਨੇ ਜਿਹੜੇ ਸਕੂਲੀ ਵਿਦਿਆਰਥੀਆਂ ਰਾਹੀਂ ਲਗਵਾਉਣੇ ਨੇ, ਉਸ ਦੇ ਨਾਲ ਹੀ ਅਸੀਂ ਪੂਰੇ ਸਮਾਜ ਨੂੰ ਸੁਨੇਹਾ ਦੇਣ ਦੇ ਲਈ ਔਰ ਵਿਦਿਆਰਥੀਆਂ ਦੇ ਵਿੱਚ ਇਹ ਭਾਵਨਾ ਨੂੰ ਹੋਰ ਚੰਗੀ ਤਰ੍ਹਾਂ ਭਰਨ ਦੇ ਲਈ ਅਸੀਂ ਇੱਕ ਬੜਾ ਨਵੇਕਲਾ ਜਿਹੜਾ ਵਿਸ਼ਵ ਰਿਕਾਰਡ ਬਣਾਉਣ ਜਾ ਰਹੇ ਹਾਂ। ਇਹ ਵਿਸ਼ਵ ਰਿਕਾਰਡ ਹੈ ਕਿ ਅਸੀਂ ਵਿਦਿਆਰਥੀਆਂ ਦਾ ਇੱਕ ਹਿਊਮਨ ਟ੍ਰੀ ਬਣਾ ਰਹੇ ਹਾਂ, ਯਾਨੀ ਕਿ ਵਿਦਿਆਰਥੀ ਇਸ ਦੇ ਵਿੱਚ ਗ੍ਰੀਨ ਕਲਰ ਦੀਆਂ ਪੱਗਾਂ ਪੱਟ ਕੇ, ਕੇਸਕੀਆਂ ਬੰਨ੍ਹ ਕੇ ਅਤੇ ਗ੍ਰੀਨ ਕਲਰ ਦੀ ਵਰਦੀ ਪਹਿਨ ਕੇ ਉਹ ਜ਼ਮੀਨ ਦੇ ਉੱਤੇ ਇੱਕ ਦਰਖਤ ਨੁਮੀ ਜਿਹੜਾ ਹੈਗਾ ਉਹ ਇੱਕ ਇਮੇਜ ਕ੍ਰੀਏਟ ਕਰਨਗੇ। ਅਤੇ ਇਸ ਤਰ੍ਹਾਂ ਦੀ ਇਮੇਜ ਪਹਿਲਾਂ ਪੂਰੇ ਵਰਲਡ ਦੇ ਵਿੱਚ ਸਿਰਫ 3500 ਲੋਕਾਂ ਦੁਆਰਾ ਹੀ ਬਣਾਈ ਸਾਡੇ ਸੁਣਨ ਦੇ ਵਿੱਚ ਆਈ ਹੈ। ਅਤੇ ਹੁਣ ਅਸੀਂ ਜਿਹੜੀਆਂ ਔਰਗੇਨਾਈਜੇਸ਼ਨ ਇਹ ਵਰਲਡ ਰਿਕਾਰਡ ਨੂੰ ਰਿਕਾਰਡ ਕਰਦੀਆਂ ਨੇ ਉਹਨਾਂ ਨੂੰ ਇਨਵਾਈਟ ਕੀਤਾ, ਅਤੇ ਇਹ ਵਿਸ਼ਵ ਰਿਕਾਰਡ ਵਿਦਿਆਰਥੀ ਨੇ ਜਿਹੜੇ ਉਹ 11,000 ਵਿਦਿਆਰਥੀ ਮਿਲ ਕੇ ਵੱਖ ਵੱਖ ਸਕੂਲਾਂ ਦੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਧੂਰੀ ਦੇ ਵਿੱਚ ਇਹ ਬਣਾਉਣ ਜਾ ਰਹੇ ਨੇ। ਅਤੇ ਇਹ ਸਭ ਤੋਂ ਵੱਡਾ ਇੱਕ ਮਨੁੱਖੀ ਆਪਾਂ ਕਹਿ ਸਕਦੇ ਹਾਂ ਦਰਖਤ ਹੋਵੇਗਾ। ਸੋ ਇਸ ਤਰ੍ਹਾਂ ਦੀ ਭਾਵਨਾ ਨਾਲ ਜਦੋਂ ਇਕੱਠੇ ਹੋਣਗੇ ਇੱਕ ਆਵਾਜ਼ ਹੋਊਗੀ। ਔਰ ਇਸ ਪ੍ਰੋਗਰਾਮ ਦੇ ਤਹਿਤ ਜਿਹੜੇ ਮਾਣਯੋਗ ਸਾਡੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ, ਉਹਨਾਂ ਦੇ ਜਿਹੜੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ, ਉਹ ਵੀ ਇਸ ਦੇ ਵਿੱਚ ਮੌਜੂਦ ਰਹਿਣਗੇ। ਹੋਰ ਬਹੁਤ ਮਹਾਨ ਹਸਤੀਆਂ ਇੱਥੇ ਮੌਜੂਦ ਰਹਿਣਗੀਆਂ ਬੱਚਿਆਂ ਦੀ ਹੌਸਲਾ ਅਫਜਾਈ ਲਈ। ਸੋ ਇਹ 11,000 ਜਿਹੜੇ ਬੱਚੇ ਨੇ ਉਹ ਮਿਲ ਕੇ ਇੱਕ ਇਹ ਬਿਗੈਸਟ ਹਿਊਮਨ ਟ੍ਰੀ ਇਹਦਾ ਰਿਕਾਰਡ ਬਣਾਉਣ ਜਾ ਰਹੇ ਨੇ। ਇਹ ਮੈਂ ਇਹ ਵੀ ਦੱਸਣਾ ਚਾਹੁੰਦਾ ਰਾਜਵਿੰਦਰ ਜੀ, ਇਹ ਜਿਹੜਾ ਹਿਊਮਨ ਟ੍ਰੀ ਹੈ ਇਕੱਲਾ ਸੰਗਰੂਰ ਜ਼ਿਲ੍ਹੇ 'ਚ ਨਹੀਂ ਬਣ ਰਿਹਾ, ਇਹ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਉਸ ਡਿਸਟ੍ਰਿਕਟ ਦੇ ਸਕੂਲਾਂ ਦੇ ਵਿਦਿਆਰਥੀ ਜਿਹੜੇ ਮਿਲ ਕੇ ਬਣਾਉਣ ਜਾ ਰਹੇ ਨੇ। ਕਿ ਇਹ 2,000 ਵਿਦਿਆਰਥੀਆਂ ਤੋਂ ਸ਼ੁਰੂ ਹੋ ਕੇ 11,000 ਵਿਦਿਆਰਥੀ ਤੱਕ ਮਿਲ ਕੇ ਇਹ ਅਮੇਜ਼ ਕ੍ਰੀਏਟ ਕਰਨਗੇ। ਔਰ ਇਹਦੀ ਖੂਬੀ ਇਹ ਹੈ ਵੀ ਜਿਹੜੇ ਸਕੂਲ ਇਸ ਦੇ ਵਿੱਚ ਪਾਰਟੀਸਪੇਟ ਕਰਨਗੇ ਔਰ ਜਿਹੜੇ ਵਿਦਿਆਰਥੀ ਇਸ ਦੇ ਵਿੱਚ ਪਾਰਟੀਸਪੇਟ ਕਰਨਗੇ ਉਹਨਾਂ ਨੂੰ ਇਸ ਦਾ ਸਰਟੀਫਿਕੇਟ ਮਿਲੇਗਾ, ਅਤੇ ਉਹਨਾਂ ਨੂੰ ਮਾਣ ਮਹਿਸੂਸ ਹੋਊਗਾ। ਔਰ ਹਰ ਵਕਤ ਉਹ ਇਹ ਗੱਲ ਦੱਸਣਗੇ ਵੀ ਅਸੀਂ ਮਿਸ਼ਨ ਹਰਿਆਲੀ 2023 ਵਿੱਚ ਭਾਗ ਲਿਆ ਸੀ, ਅਸੀਂ ਇੱਕ ਦਰਖਤ ਵੀ ਲਾਇਆ ਸੀ, ਉਸ ਨੂੰ ਪਾਲਿਆ ਵੀ ਹੈ, ਉਸ ਦੇ ਨਾਲ ਹੀ ਅਸੀਂ ਇਹ ਇੱਕ ਵਿਸ਼ਵ ਰਿਕਾਰਡ ਆ ਜਿਹੜਾ ਬਣਾਉਣ ਦੇ ਵਿੱਚ ਅਸੀਂ ਹਿੱਸਾ ਲਿਆ ਸੀ। ਉਹਨਾਂ ਨੂੰ ਸਾਰੀ ਜ਼ਿੰਦਗੀ ਇਸ ਗੱਲ ਦਾ ਮਾਣ ਰਹੂਗਾ। ਔਰ ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਵੀ ਕਿ ਅਸੀਂ ਇੱਕ ਹੋਰ ਮੁਹਿੰਮ ਦੇ ਨਾਲ ਜੋੜਨ ਜਾ ਰਹੇ ਹਾਂ। ਸਕੂਲ ਦੇ ਵਿੱਚ ਆਮ ਤੌਰ 'ਤੇ ਜਿਹੜੇ ਵਿਦਿਆਰਥੀ ਦਾ ਜਨਮ ਦਿਨ ਹੁੰਦਾ, ਮਾਪੇ ਵੀ ਸਕੂਲ ਵੀ ਉਸ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ, ਉਸ ਨੂੰ ਕੋਈ ਅਸੀਂ ਗ੍ਰੀਟਿੰਗ ਕਾਰਡ ਦੇ ਦਿੰਦੇ ਹਾਂ ਜੋ ਕੁਛ ਸਮਾਂ ਪਾ ਕੇ ਉਸ ਨੇ ਖਤਮ ਹੋ ਜਾਣਾ ਹੁੰਦਾ। ਲੇਕਿਨ ਅਸੀਂ ਇੱਕ ਨਵੀਂ ਹੈਬਿਟ ਜਿਹੜੀ ਹੈਗੀ ਆ ਉਹ ਸਕੂਲੀ ਵਿਦਿਆਰਥੀਆਂ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਹੈਬਿਟ ਹੈ ਵੀ ਜਿਸ ਦਿਨ ਵਿਦਿਆਰਥੀ ਦਾ ਜਨਮ ਹੋਵੇ ਅਸੀਂ ਉਸ ਨੂੰ ਪ੍ਰੇਰਿਤ ਕਰੀਏ ਕਿ ਹਰ ਉਹ ਜਨਮ ਦਿਨ ਦੇ ਉੱਤੇ ਘੱਟੋ ਘੱਟ ਇੱਕ ਦਰਖਤ ਜ਼ਰੂਰ ਲਾਵੇ ਵੀ ਅਤੇ ਉਸ ਨੂੰ ਪਾਲੇ ਵੀ। ਸੋ ਇਸ ਤਰ੍ਹਾਂ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਮਨੁੱਖ ਔਸਤਨ ਜਿਹੜਾ ਹੈਗਾ ਉਹ 60-70 ਤੋਂ ਲੈ ਕੇ 100 ਤੱਕ ਦੇ ਦਰਖਤ ਤਾਂ ਘੱਟੋ ਘੱਟ ਲਾ ਹੀ ਸਕਦਾ, ਅਤੇ ਫਿਰ ਉਸ ਨੂੰ ਸੰਭਾਲੂਗਾ ਵੀ ਜਦੋਂ ਉਸ ਦੇ ਜਨਮ ਨਾਲ ਇਸ ਦਾ ਜਜ਼ਬਾਤ ਜੁੜ ਜਾਂਦੇ ਨੇ। ਸੋ ਇਸ ਤਰ੍ਹਾਂ ਦੀ ਅਸੀਂ ਭਾਵਨਾ ਦੇ ਨਾਲ ਵਿਦਿਆਰਥੀਆਂ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਉਹ ਵਾਤਾਵਰਣ ਪ੍ਰਤੀ, ਪਾਣੀ ਪ੍ਰਤੀ, ਹਵਾ ਪ੍ਰਤੀ ਸਾਰੀਆਂ ਗੱਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਨੇ ਉਹਨਾਂ ਦੇ ਵਿੱਚ ਸੁਚੇਤ ਹੋ ਜਾਣ, ਅਤੇ ਤੱਕ ਸਾਨੂੰ ਜਿਹੜਾ ਆਉਣ ਵਾਲਾ ਭਵਿੱਖ ਉਹਨਾਂ ਦਾ ਵੀ ਅਤੇ ਸਾਰਿਆਂ ਦਾ ਜਿਹੜਾ ਉਹ ਸੁਨਹਿਰੀ ਹੋ ਸਕੇ। ਸੋ ਇਸ ਤਰ੍ਹਾਂ ਦੀ ਇਹ ਮੁਹਿੰਮ ਹੈ। ਸਰ, ਜਿਹੜੀ ਇਹਦੇ ਵਿੱਚ ਟੀਚਰਸ ਹੈ ਜੋ ਬੱਚਿਆਂ ਨੂੰ ਉਤਸ਼ਾਹਿਤ ਕਰਨਗੇ, ਉਹਨਾਂ ਲਈ ਸੰਸਥਾ ਕੀ ਸੋਚ? ਦੇਖੋ, ਜਿਹੜਾ ਸੰਸਥਾ ਦੇ ਵਿੱਚ ਇਹ ਲਾਜ਼ਮੀ ਅਸੀਂ ਵਿਦਿਆਰਥੀਆਂ ਨੂੰ ਹੀ ਨਹੀਂ ਕੀਤਾ, ਹਰ ਇੱਕ ਅਧਿਆਪਕ ਨੂੰ ਵੀ ਲਾਜ਼ਮੀ ਕੀਤਾ ਵੀ ਇਹ ਜਿਹੜਾ ਪੌਦਾ ਉਸਨੇ ਵੀ ਲਗਾਉਣਾ, ਮੈਨੇਜਮੈਂਟ ਵੀ ਨੇ ਲਗਾਉਣਾ ਔਰ ਜਿਹੜੇ ਪ੍ਰਿੰਸੀਪਲ ਸਾਹਿਬਾਨ ਨੇ ਉਹਨਾਂ ਨੇ ਵੀ ਲਗਾਉਣਾ। ਤਦੇ ਕਿਉਂਕਿ ਵਿਦਿਆਰਥੀ ਨੇ ਨਾ ਜਿਹੜੇ ਇਹ ਕਹੇ ਤੋਂ ਨਹੀਂ ਸਿੱਖਦੇ, ਇਹ ਦੇਖ ਕੇ ਸਿੱਖਦੇ ਨੇ। ਜਦੋਂ ਉਹਨਾਂ ਦੇ ਵੱਡੇ ਨੇ ਜਿਹੜੇ ਉਹ ਇਸ ਗੱਲ ਦੇ ਵਿੱਚ ਹਿੱਸਾ ਲੈਂਦੇ ਨੇ। ਅਤੇ ਇੱਕ ਮੈਂ ਹੋਰ ਦੇਖਦਾ ਆ ਰਿਹਾ, ਸਾਡੇ ਸਮਾਜ ਦੇ ਵਿੱਚ ਇੱਕ ਬੜਾ ਭੈੜਾ ਚੱਲਣਾ ਸ਼ੁਰੂ ਹੋਇਆ ਹੋਇਆ, ਲੋਕ ਇਹ ਜਿਹੜੀ ਪਲਾਂਟੇਸ਼ਨ ਹੈਗੀ ਹੈ
ਉਹ ਅਖਬਾਰਾਂ ਦੇ ਵਿੱਚ ਫੋਟੋਆਂ ਲਗਵਾਉਣ ਲਈ, ਹੋਰ ਕੰਮਾਂ ਲਈ, ਕਿਸੇ ਮੌਜੂਦਾ ਪੌਦੇ ਦੇ ਕੋਲ ਬੈਠ ਕੇ ਫੋਟੋ ਖਿਚਾ ਲੈਣੀ, ਜਾਂ ਕੋਈ ਛੋਟਾ ਜਿਹਾ ਪਲਾਂਟ ਇੱਥੋਂ ਪੱਟ ਕੇ ਉੱਥੇ ਲਗਾ ਦੇਣਾ, ਇਸ ਤਰ੍ਹਾਂ ਦੀ 20 ਚੀਜ਼ਾਂ ਸਾਡੇ ਨਜ਼ਰ ਆਈਆਂ ਨੇ। ਜਿੱਥੇ ਅਸੀਂ ਇਹ ਮੁਹਿੰਮ ਦੇ ਉੱਤੇ ਕੰਮ ਕਰ ਰਹੇ ਹਾਂ, ਉੱਥੇ ਅਸੀਂ ਇਸ ਗੱਲ ਦੀ ਵੀ ਨਿਖੇਧੀ ਕਰ ਰਹੇ ਹਾਂ, ਅਸੀਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰ ਰਹੇ ਹਾਂ, ਟੀਚਰਸ ਨੂੰ ਪ੍ਰੇਰਿਤ ਕਰ ਰਹੇ ਹਾਂ ਵੀ ਕੋਈ ਪੌਦਾ ਨਹੀਂ ਲਾ ਸਕਦਾ, ਬੇਸ਼ੱਕ ਨਾ ਲਾਇਓ, ਪਰੰਤੂ ਇਹੋ ਜਿਹਾ ਕੰਮ ਆਪਾਂ ਨੇ ਨਹੀਂ ਕਰਨਾ ਜੋ ਕਿ ਸਾਡਾ ਜਿਹੜਾ ਜ਼ਮੀਰ ਸਾਨੂੰ ਇਜਾਜ਼ਤ ਨਾ ਦਿੰਦੀ ਹੋਵੇ। ਸੋ ਉਹਨੂੰ ਪੌਦੇ ਨੂੰ ਲਾਉਣਾ ਵੀ ਹੈ ਅਤੇ ਪਾਲਣਾ ਵੀ ਹੈ, ਉਸ ਦੀ ਸੰਭਾਲ ਵੀ ਕਰਨੀ ਆ। ਸੋ ਅਧਿਆਪਕਾਂ ਲਈ ਵੀ ਉਹੀ ਰੂਲ ਹੈਗਾ, ਉਹਨਾਂ ਨੂੰ ਵੀ ਅਸੀਂ ਉਤਸ਼ਾਹਿਤ ਕਰਦੇ ਹਾਂ, ਉਹ ਪ੍ਰਿੰਸੀਪਲਸ ਨੂੰ ਵੀ ਉਤਸ਼ਾਹਿਤ ਕਰਦੇ ਹਾਂ, ਮੈਨੇਜਮੈਂਟ ਨੇ ਜਿਹੜੀਆਂ ਉਹ ਇਸ ਕੰਮ ਦੇ ਵਿੱਚ ਲੱਗੀਆਂ ਹੋਈਆਂ ਨੇ। ਸਰ ਜਿਵੇਂ ਇਹ ਤਾਂ ਗੱਲ ਸੀ ਸਕੂਲਾਂ ਦੇ ਵਿੱਚ ਟੀਚਰਸ ਅਤੇ ਬੱਚਿਆਂ ਤੱਕ ਦੀ, ਹੁਣ ਜਿਹੜੇ ਆਮ ਲੋਕ ਨੇ ਜੋ ਯਾਨੀ ਕਿ ਆਪਣੇ ਰਹਿ ਰਹੇ ਨੇ, ਉਹਨਾਂ ਨੂੰ ਤੁਸੀਂ ਕਿਵੇਂ ਮੈਸੇਜ ਉਹਨਾਂ ਤੱਕ ਇਹ ਪਹੁੰਚਾਓਗੇ ਵੀ ਤੁਸੀਂ ਆਪਣੇ ਆਲੇ ਦੁਆਲੇ ਵੀ ਜਿਹੜਾ ਵੀ ਦਰਖਤ ਲਗਾਓ ਵੀ ਤਾਂ ਜੋ ਸਾਨੂੰ ਜਿਹੜੀ ਆਕਸੀਜਨ ਹੈ ਉਹ ਸਹੀ ਤਰੀਕੇ ਨਾਲ ਮਿਲੇ? ਦੇਖੋ ਤੁਸੀਂ ਜੀ ਰਾਜਵਿੰਦਰ ਜੀ ਇੱਕ ਗੱਲ ਨੋਟ ਕੀਤੀ ਹੋਊ, ਜਿਹੜੇ ਬੱਚੇ ਨੇ ਸਕੂਲਾਂ ਦੇ ਉਹ ਛੋਟੇ ਛੋਟੇ ਜਦੋਂ ਆਪਣੇ ਘਰਾਂ ਦੇ ਵਿੱਚ ਜਾਂਦੇ ਨੇ ਤਾਂ ਆਪਦੇ ਮਾਪਿਆਂ ਨੂੰ ਜਿਹੜੀ ਗੱਲ ਲਈ ਕਹਿੰਦੇ ਨੇ ਜਾਂ ਪ੍ਰੇਰਿਤ ਕਰਦੇ ਨੇ ਜਾਂ ਜ਼ਿੱਦ ਕਰਦੇ ਨੇ ਉਹ ਮਾਪਿਆਂ ਨੂੰ ਮੰਨਣੀ ਪੈਂਦੀ ਹੈ, ਕਿਉਂਕਿ ਬੱਚੇ ਨੇ ਜਿਹੜੇ ਉਹਨਾਂ ਤੋਂ ਬਹੁਤ ਪ੍ਰਭਾਵ ਕਬੂਲਦੇ ਨੇ ਮਾਪੇ ਵੀ। ਅੱਜ ਦੇ ਜਿਹੜੇ ਬੱਚੇ ਨੇ 21st century ਦੇ ਇਹ ਵੱਧ ਜਾਗਰੂਕ ਨੇ, ਵੱਧ ਪੜ੍ਹੇ ਲਿਖੇ ਨੇ, ਟੈਕਨੋਲੋਜੀ ਪੱਖੋਂ ਵੀ ਅਪਡੇਟਡ ਨੇ, ਇਸ ਲਈ ਅਸੀਂ ਸਮਝਦੇ ਹਾਂ ਵੀ ਮਾਪੇ ਵੀ ਇਹਨਾਂ ਤੋਂ ਸੇਧ ਲੈਂਦੇ ਨੇ ਅਤੇ ਸਮਾਜ ਵੀ ਇਹਨਾਂ ਤੋਂ ਸੇਧ ਲੈਂਦਾ। ਮੈਂ ਇੱਕ ਥੋੜ੍ਹੇ ਦਿਨਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ, ਮੈਂ ਇੱਕ ਦਿਨ ਵਿਦਿਆਰਥੀਆਂ ਨਾਲ ਗੱਲ ਕਰ ਰਿਹਾ ਸੀ ਕਿ ਬੇਟਾ ਜਿਹੜੇ ਆਪਾਂ ਦੇਸ਼ ਭਗਤਾਂ ਦੇ ਨਾਂ ਲੈਂਦੇ ਹਾਂ, ਇਹ ਦੇਸ਼ ਭਗਤਾਂ ਨੇ ਕੀ ਕੀਤਾ ਸੀ? ਤਾਂ ਉਹਨਾਂ ਦਾ ਜਵਾਬ ਸੀਗਾ ਵੀ ਜੀ ਇਹ ਆਜ਼ਾਦੀ ਦੀ ਲੜਾਈ ਲਈ ਇਹਨਾਂ ਨੇ ਆਪਣੇ ਜਾਨਾਂ ਕੁਰਬਾਨ ਕੀਤੀਆਂ ਸੀ, ਇਹ ਫਾਂਸੀ 'ਤੇ ਚੜ੍ਹੇ ਸੀ। ਤਾਂ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਵੀ ਜੇ ਤੁਸੀਂ ਹੁਣ ਦੇਸ਼ ਭਗਤ ਬਣਨਾ ਹੋਵੇ ਤੁਸੀਂ ਕੀ ਕਰੋਗੇ? ਹੁਣ ਆਪਾਂ ਨੇ ਤਾਂ ਕੋਈ ਫਾਂਸੀ 'ਤੇ ਨਹੀਂ ਚੜ੍ਹਨਾ, ਸਾਨੂੰ ਤਾਂ ਜਿਹੜੇ ਵੱਡੇ ਵਡੇਰਿਆਂ ਨੇ ਸਾਡਿਆਂ ਨੇ ਕੁਰਬਾਨੀਆਂ ਕਰਕੇ ਸਾਨੂੰ ਇਹ ਮੁਲਕ ਆਜ਼ਾਦ ਕਰਕੇ ਦੇਤਾ ਅਤੇ ਇੰਨਾ ਸੋਹਣਾ ਦੇਤਾ। ਉਹ ਕਹਿੰਦੇ ਜੀ ਸਾਨੂੰ ਕੀ ਕਰਨਾ ਪਊਗਾ? ਮੈਂ ਤੁਹਾਨੂੰ ਦੱਸਦਾ ਵੀ ਤੁਹਾਨੂੰ ਕੀ ਕਰਨਾ ਪਊਗਾ, ਮੈਂ ਤੁਹਾਡੇ ਮਾਧਿਅਮ ਰਾਹੀਂ ਬੱਚਿਆਂ ਨੂੰ ਵੀ ਦੱਸਣਾ ਚਾਹੁੰਦਾ। ਮੈਂ ਉਹਨਾਂ ਨੂੰ ਦੱਸਿਆ ਵੀ ਸਾਡਾ ਫਰਜ਼ ਹੈਗਾ, ਹੁਣ ਅਸੀਂ ਦੇਸ਼ ਭਗਤ ਕਿਵੇਂ ਕਹਾ ਸਕਦੇ ਹਾਂ ਅਗਰ ਅਸੀਂ ਸੰਭਾਲਦੇ ਹਾਂ, ਇਸ ਨੂੰ ਕਿਵੇਂ ਸੰਭਾਲਦੇ ਹਾਂ? ਉਦਾਹਰਣ ਦਿੱਤੀ ਵੀ ਅਗਰ ਤੁਸੀਂ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਤਾਂ ਅਗਰ ਤੁਸੀਂ ਜਿਹੜਾ ਆਪਦਾ ਖੇਤ ਵੱਢ ਵੱਢ ਕੇ ਸੜਕ 'ਤੇ ਨਹੀਂ ਲਿਜਾਂਦੇ ਤਾਂ ਵੀ ਤੁਸੀਂ ਦੇਸ਼ ਭਗਤ ਹੋ, ਜੇਕਰ ਲੈ ਕੇ ਜਾਂਦੇ ਹੋ ਤਾਂ ਨਹੀਂ ਹੈਗੇ, ਅਗਰ ਤੁਹਾਡੀ ਦੁਕਾਨਦਾਰੀ ਹੈ ਤੁਸੀਂ ਮਿਲਾਵਟਖੋਰੀ ਕਰਦੇ ਹੋ ਤਾਂ ਤੁਸੀਂ ਦੇਸ਼ ਭਗਤ ਨਹੀਂ ਹੈਗੇ। ਸੋ ਇਹ ਛੋਟੀਆਂ ਛੋਟੀਆਂ, ਤੁਸੀਂ ਕੋਈ ਟੂਟੀ ਦੇ ਵਿੱਚੋਂ ਪਾਣੀ ਤੁਪਕਦਾ ਦੇਖਿਆ, ਤੁਹਾਨੂੰ ਪਤਾ ਵੇਸਟੇਜ ਹੋ ਰਹੀ ਹੈ, ਤੁਸੀਂ ਬੰਦ ਕਰਤਾ ਤੁਸੀਂ ਦੇਸ਼ ਭਗਤ ਹੋ, ਕਿਤੇ ਲਾਈਟ ਚੱਲ ਰਹੀ ਹੈ ਫਾਲਤੂ ਤੁਸੀਂ ਬੰਦ ਕਰਤਾ ਦੇਸ਼ ਭਗਤ ਹੋ। ਸੋ ਦੇਸ਼ ਭਗਤੀ ਕੋਈ ਜ਼ਰੂਰੀ ਨਹੀਂ ਵੀ ਕੁਰਬਾਨੀਆਂ ਦੇ ਕੇ ਜਾਂ ਫਾਂਸੀ ਦੇ ਉੱਤੇ ਚੜ੍ਹ ਕੇ ਹੀ ਹੁੰਦੀ ਹੈ। ਸੋ ਬੱਚਿਆਂ ਨੂੰ ਸਾਨੂੰ ਦੱਸਣਾ ਪਊਗਾ ਵੀ ਇਹ ਛੋਟੇ ਛੋਟੇ ਕੰਮਾਂ ਰਾਹੀਂ ਵੀ ਤੁਸੀਂ ਦੇਸ਼ ਭਗਤ ਬਣ ਸਕਦੇ ਹੋ। ਅੱਜ ਹੁਣ ਬਰਸਾਤ ਦੇ ਮੌਸਮ ਨੇ, ਤੁਸੀਂ ਦੇਖਿਆ ਹੋਊਗਾ ਜਦੋਂ ਆਪਾਂ ਸੜਕਾਂ 'ਤੇ ਜਾਂਦੇ ਹਾਂ ਤਾਂ ਸੜਕ ਦਾ ਕੋਈ ਛੋਟਾ ਜਿਹਾ ਟੋਟਾ ਕਿਤੋਂ ਨਾ ਕਿਤੋਂ ਟੁੱਟਿਆ ਪਿਆ ਹੁੰਦਾ, ਉਹਦਾ ਕਾਰਨ ਅਸੀਂ ਦੇਖਦੇ ਹਾਂ ਵੀ ਉੱਥੇ ਥੋੜ੍ਹਾ ਜਿਹਾ ਪਾਣੀ ਖੜ੍ਹਾ ਹੁੰਦਾ, ਉਹ ਥੋੜ੍ਹੇ ਜਿਹੇ ਪਾਣੀ ਕਾਰਨ ਉਹ ਸੜਕ ਦਾ ਟੋਟਾ ਟੁੱਟਿਆ ਪਿਆ ਹੁੰਦਾ, ਉਹਦੇ ਬਰਾਬਰ ਜਿਹੜਾ ਖੇਤ ਹੁੰਦਾ ਉਹਦੇ ਵਿੱਚ ਬੇਅੰਤ ਪਾਣੀ ਖੜ੍ਹਾ ਹੁੰਦਾ। ਅਗਰ ਉਹ ਕਿਸਾਨ ਇਹ ਗੱਲ ਸੋਚੇ ਵੀ ਮੈਂ ਇੰਨਾ ਕੁ ਪਾਣੀ ਵੀ ਆਪਦੇ ਖੇਤ ਦੇ ਵਿੱਚ ਪਾ ਲਵਾਂ ਤਾਂ ਸੜਕ ਟੁੱਟਣੋਂ ਬਚ ਸਕਦੀ ਹੈ, ਉਹਨੇ ਪਾਣੀ ਨਾਲ ਉਹ ਫਸਲ ਵੀ ਨਹੀਂ ਖਰਾਬ ਹੁੰਦੀ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਸਾਡੀਆਂ ਉਹ ਸਾਨੂੰ ਦੇਸ਼ ਭਗਤ ਵੀ ਬਣਾਉਂਦੀਆਂ ਨੇ, ਜਾਗਰੂਕ ਵੀ ਕਰਦੀਆਂ ਨੇ। ਮੈਂ ਇਹ ਵੀ ਦੇਖਦਾ ਹੁੰਦਾ ਜਦੋਂ ਆਪਾਂ ਹਾਈਵੇ 'ਤੇ ਜਾਂਦੇ ਹਾਂ, ਐਡੇ ਚੌੜੇ ਚੌੜੇ ਹਾਈਵੇ ਨੇ, ਉੱਥੇ ਇਨਕਰੋਚਮੈਂਟ ਹੁੰਦੇ ਹੁੰਦੇ ਲੋਕਾਂ ਨੇ ਕਬਾੜ ਕੀ ਕੁਛ ਅੱਧੀ ਸੜਕ ਤੱਕ ਅੱਗੇ ਠਹਿਰਦੇ ਨੇ। ਸੋ ਇਹ ਸਾਰੀਆਂ ਗੱਲਾਂ ਅਗਰ ਤੁਸੀਂ ਚਾਹੁੰਦੇ ਹੋ ਵਿਦੇਸ਼ਾਂ ਵਾਲਾ ਵਾਤਾਵਰਣ ਇੱਥੇ ਬਣੇ, ਉੱਥੋਂ ਦੇ ਰੂਲ ਰੈਗੂਲੇਸ਼ਨ ਇੱਥੇ ਬਣਨ, ਤਾਂ ਉਹਦਾ ਇੱਕੋ ਤਰੀਕਾ ਵੀ ਜਿਹੜੇ ਵਿਦਿਆਰਥੀਆਂ ਨੂੰ ਸੁਚੇਤ ਕਰ ਦਿਉ, ਵਿਦਿਆਰਥੀ ਮਾਪਿਆਂ ਨੂੰ ਸੁਚੇਤ ਕਰਨਗੇ, ਵਿਦਿਆਰਥੀ ਸਮਾਜ ਨੂੰ ਸੁਚੇਤ ਕਰਨਗੇ, ਇਹ ਸਾਡਾ ਮੰਨਣਾ। ਦੁਬਈ ਦੇ ਵਿੱਚ ਗਲੋਬਲ ਪ੍ਰੈਸਟੀਜ ਅਵਾਰਡਸ ਕਰਵਾਏ ਗਏ ਸੀ ਅਤੇ ਇਹ ਅਵਾਰਡਸ ਲਈ ਕਿਹਨਾਂ ਕਿਹਨਾਂ ਸ਼ਖਸੀਅਤਾਂ ਨੂੰ ਚੁਣਿਆ ਗਿਆ? ਜੀ ਦੇਖੋ ਰਾਜਵਿੰਦਰ ਜੀ, ਤੁਸੀਂ ਸਵਾਲ ਇੱਕ ਪੁੱਛਿਆ ਸੀ ਇਸ ਤੋਂ ਪਹਿਲਾਂ ਵੀ ਬੱਚਿਆਂ ਨੂੰ ਤਾਂ ਅਸੀਂ ਉਤਸ਼ਾਹਿਤ ਕਰਨ ਵਾਸਤੇ ਸਰਟੀਫਿਕੇਟ ਦਿੰਦੇ ਹਾਂ, ਉਹਨਾਂ ਨੂੰ ਮਾਰਕਸ ਦਿੰਦੇ ਹਾਂ, ਅਤੇ ਅਧਿਆਪਕਾਂ ਲਈ, ਪ੍ਰਿੰਸੀਪਲਾਂ ਲਈ ਜਾਂ ਹੋਰ ਲੋਕਾਂ ਲਈ ਕੀ ਕਰਦੇ ਹਾਂ ਅਸੀਂ? ਤੁਸੀਂ ਅੱਗੇ ਸੁਣਿਆ ਹੋਊਗਾ ਕਿ ਸਰਕਾਰੀ ਜਿਹੜੇ ਅਧਿਆਪਕ ਹੁੰਦੇ ਨੇ ਇਹਨਾਂ ਨੂੰ ਵੱਖ ਵੱਖ ਤਰ੍ਹਾਂ ਦੇ ਜਿਹੜੇ ਨੇ ਅਵਾਰਡ ਨਾਲ ਨਵਾਜਿਆ ਜਾਂਦਾ, ਠੀਕ ਹੈ ਜੀ ਗੱਲ, ਤੋਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਨੈਸ਼ਨਲ ਅਵਾਰਡ ਹੈ, ਸਟੇਟ ਅਵਾਰਡ ਹੈ। ਅਸੀਂ ਇਹ ਕੰਮ ਵੀ ਸ਼ੁਰੂ ਕੀਤਾ, ਸਾਡੀ ਜਿਹੜੀ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਹੈ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਹੈ, ਇਹ ਮਿਲ ਕੇ ਜਿਹੜੇ ਸੈਲਫ ਫਾਈਨਾਂਸਿੰਗ ਇੰਸਟੀਟਿਊਸ਼ਨ ਦੇ ਜਿਹੜੇ ਪ੍ਰਿੰਸੀਪਲਸ ਨੇ, ਉਹਨਾਂ ਦੇ ਅਧਿਆਪਕ ਨੇ, ਸੰਸਥਾਵਾਂ ਦੇ ਚੇਅਰਮੈਨ ਨੇ ਜਿਹੜੇ ਵਧੀਆ ਕੰਮ ਕਰਦੇ ਨੇ, ਉਹਨਾਂ ਨੂੰ ਅਸੀਂ ਇਹ ਅਵਾਰਡ ਨਾਲ ਨਿਵਾਜਦੇ ਹਾਂ।
इस बार ये अवार्ड साढ़े वालों इंटरनेशनल पद्धर के उत्ते दुबई के किया गया सी, जिथे असी पूरे विश्व के चोणवियां शख्सियत लगभग असी 50 के करीब शख्सियत सी जिहड़ियां उन्हां नूं ये सन्मान असी दिता सीगा उन्हां दे वख-वख खेत्रां दे कम दे बदले। तो इन्हां दे विच्चों सरदार जगजीत सिंह दर्दी पटियाले तो उन्हां नूं भी यह ग्लोबल प्रेस्टीज अवार्ड जिहड़ा हैगा साडी संस्था दे वल्लों दिता गया सी। सो यह इंटरनेशनल पद्धर दे अवार्ड सीगे ते तां कि उन्हां वल्ले कीते कम्मां नूं पछाणिया जावे ते लोग उन्हां दे कम्मां तों प्रेरित हो के उस तरह दे बनने की कोशिश करन, ते बड़ा यह प्रोग्राम कामयाब रहा सी। ਤੁਸੀਂ ਸਾਹਿਬ ਗੱਲਾਂ ਤਾਂ ਬਹੁਤ ਨੇ ਪਰ ਸਮਾਂ ਉਹ ਇਜਾਜ਼ਤ ਨਹੀਂ ਦਿੰਦਾ, ਤੇ ਜਾਂਦੇ ਹਨ ਤੁਸੀਂ ਸਾਡੇ ਦਰਸ਼ਕਾਂ ਨੂੰ ਵਾਤਾਵਰਨ ਨੂੰ ਲੈ ਕੇ ਇੱਕ ਕੀ ਸੁਨੇਹਾ ਦੇਣਾ ਚਾਹੋਗੇ? ਜੀ ਦੇਖੋ, ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਵੱਲੋਂ ਅਸੀਂ ਸਾਰੇ ਵਿਦਿਆਰਥੀਆਂ ਨੂੰ, ਮਾਪਿਆਂ ਨੂੰ, ਸਮਾਜ ਦੇ ਲੋਕਾਂ ਨੂੰ, ਸਭ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਿਹਤ, ਸਿੱਖਿਆ ਅਤੇ ਵਾਤਾਵਰਨ ਦੀ ਸੰਭਾਲ ਕਰੀਏ ਅਤੇ ਪੰਜਾਬ ਨੂੰ ਹਰ ਖੇਤਰ ਦੇ ਵਿੱਚ ਅਸੀਂ ਮੋਢੀ ਬਣਾਈਏ। ਇਸ ਸਮੇਂ ਬਰਸਾਤੀ ਮੌਸਮ ਹੈ, ਜਿਹੜੇ ਜ਼ਿਲ੍ਹਿਆਂ ਦੇ ਵਿੱਚ ਤਾਂ ਹੜ੍ਹਾਂ ਦੀ ਪੋਜੀਸ਼ਨ ਹੈ ਉਹਨਾਂ ਨੂੰ ਛੱਡ ਕੇ ਜਿੱਥੇ ਹਾਲਾਤ ਸੁਖਾਵੇ ਨੇ ਉੱਥੇ ਮੈਂ ਅਪੀਲ ਕਰਦਾ ਹਰ ਇੱਕ ਬੱਚੇ ਨੂੰ, ਉਸ ਦੇ ਮਾਪਿਆਂ ਨੂੰ, ਕਿ ਉਹ ਇੱਕ ਦਰਖਤ ਰੂਪੀ ਜਿਹੜਾ ਪੌਦਾ ਹੈਗਾ ਉਹ ਜ਼ਰੂਰ ਲਾਉਣ, ਉਸ ਦੀ ਸੰਭਾਲ ਕਰਨ, ਬੱਚਿਆਂ ਨੂੰ ਆਦਤ ਪਾਉਣ। ਲੋਕ ਆਪਣੇ ਘਰਾਂ ਦੇ ਵਿੱਚ ਮੋਟਰਾਂ ਦੇ ਉੱਤੇ, ਖੇਤਾਂ ਦੇ ਉੱਤੇ ਜਿੱਥੇ ਜਗ੍ਹਾ ਮਿਲਦੀ ਹੈ, ਜਿਹੋ ਜਿਹਾ ਫਲ ਵਾਲਾ ਬੂਟਾ ਜਾਂ ਆਪਾਂ ਮੈਡੀਸਨਲ ਪਲਾਂਟ ਜਾਂ ਸਾਡੇ ਜਿਹੜੇ ਇੱਥੋਂ ਦੇ ਨੇਟਿਵ ਪਲਾਂਟ ਨੇ ਉਹ ਜ਼ਰੂਰ ਲਾਈਏ ਅਤੇ ਉਹਨਾਂ ਦਾ ਪਾਲਣ ਪੋਸ਼ਣ ਕਰੀਏ ਅਤੇ ਵਿਦਿਆਰਥੀਆਂ ਨੂੰ ਇਸ ਚੀਜ਼ ਦੇ ਨਾਲ ਜੋੜੀਏ ਤਾਂ ਕਿ ਅਸੀਂ ਰਲ ਮਿਲ ਕੇ ਜਿਹੜਾ ਇੱਕ ਸੁਨਹਿਰੀ ਭਵਿੱਖ ਜਿਹੜਾ ਹੈਗਾ ਔਰ ਸੁਨਹਿਰੀ ਪੰਜਾਬ ਜਿਹੜਾ ਹੈ ਉਹਦੀ ਸਿਰਜਣਾ ਕਰ ਸਕੀਏ। ਸੋ ਡਾਕਟਰ ਜਗਜੀਤ ਸਿੰਘ ਧੂਰੀ ਜੀ, ਤੁਸੀਂ ਸਾਡੇ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਆਏ ਅਤੇ ਸਾਡੇ ਦਰਸ਼ਕਾਂ ਨੂੰ ਵਾਤਾਵਰਨ ਨੂੰ ਲੈ ਕੇ ਵਡਮੁੱਲੀ ਜਾਣਕਾਰੀ ਦਿੱਤੀ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਇੱਧਰ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ। ਬਹੁਤ ਬਹੁਤ ਧੰਨਵਾਦ। सब्सक्राइब करो चढ़दी कला टाइम टीवी नूं अते लेटेस्ट अपडेट पाउण दे लई प्रेस करो बैल आइकन नूं।